ਪੰਜਾਬ ਦੇ ਸੰਤੀ ਸ਼ਹਿਰ ਲੁਧਿਆਣਾ ਦੇ ਸੰਗੜੀ ਬਸੋ ਵਾਲੇ ਗਿਆਸਪੁਰਾ ਇਲਾਕੇ ਵਿੱਚ ਜ਼ਹਿਰੀਲੀ ਗੈਸ ਛੜਾ ਨਾਲ ਦੋ ਬੱਚਿਆਂ ਸਣੇ 11 ਲੋਕਾਂ ਦੀ ਮੌਤ ਹੋ ਗਈ ਇਸੇ ਦੌਰਾਨ ਕਈ ਲੋਕ ਬਿਮਾਰ ਹੋ ਗਏ ਜੋ ਹਸਪਤਾਲ ਵਿੱਚ ਜੀਰੇ ਇਲਾਜਾਂ ਪੰਜਾਬ استانਿਕ ਪ੍ਰਸ਼ਾਸਨ ਨੂੰ ਅਜੇ ਤੱਕ ਗੈਸ ਲੀਕ ਹੋਣ ਦੇ ਸਰੋਤ ਬਾਰੇ ਪਤਾ ਨਹੀਂ ਲੱਗ ਸਕਿਆ ਜਿਨ੍ਹਾਂ 11 ਲੋਕਾਂ ਦੀ ਜਾਨ ਗਈ ਉਹ ਤਿੰਨ ਪਰਿਵਾਰਾਂ ਨਾਲ ਸੰਬੰਧਤ ਹਨ ਗੈਸ ਦਾ ਅਸਰ ਇੰਨਾ ਜ਼ਬਰਦਸਤ ਸੀ ਕਿ ਇਲਾਕੇ ਦੇ ਲੋਕ 6 ਘੰਟੇ ਤੱਕ ਤਹਿਸ਼ ਦੇ ਵਿੱਚ ਰਹੇ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਲੋਕ ਅਜੇ ਵੀ ਵਿਭੋਸ਼ਨ ਪੰਜਾਬ ਸਰਕਾਰ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ 2-2 ਲੱਖ ਰੁਪਏ ਤੇ ਜ਼ਖਮੀਆਂ ਨੂੰ 50000 ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ ਇਸ ਘਟਨਾ ਵਿੱਚ ਆਰਤੀ ਕਲੀਨਿਕ ਦੇ ਨਾਲ ਦੁਕਾਨ ਚਲਾਉਣ ਵਾਲੇ ਡਾਕਟਰ ਕਵਿਲਾਸ਼ ਨੇ ਆਪਣਾ ਪੂਰਾ ਪਰਿਵਾਰ ਗਵਾ ਦਿੱਤਾ ਮ੍ਰਿਤਕਾਂ ਵਿੱਚ ਉਹਨਾਂ ਦੀ ਪਤਨੀ ਅਤੇ ਤਿੰਨ ਬੱਚੇ ਸ਼ਾਮਲ ਹਨ ਮ੍ਰਿਤਕਾਂ ਵਿੱਚ ਡਾਕਟਰ ਕਵਿਲਾਸ਼ ਉਸਦੀ ਪਤਨੀ ਵਰਸ਼ਾ ਪੁੱਤਰੀ ਕਲਪਨਾ ਪੁੱਤਰ ਅਬੇ ਆਰੀਆ ਨਾਰਾਇਣ ਗੋਇਲ ਕਰਿਆਨਾ ਸਟੋਰ ਚਲਾਉਣ ਵਾਲੇ ਸੌਰਵ ਗੋਇਲ ਉਸਦੀ ਪਤਨੀ ਪ੍ਰੀਤੀ ਮਾ ਕਮਲੇਸ਼ ਗੋਇਲ ਨਵਨੀਤ ਕੁਮਾਰ ਉਸਦੀ ਪਤਨੀ ਨੀਤੂ ਦੇਵੀ ਅਤੇ ਇੱਕ ਅਣਪਛਤਾ ਵਿਅਕਤੀ ਸ਼ਾਮਲ ਹੈ ਦੱਸਦੀ ਹੈ ਕਿ ਸ਼ਹਿਰ ਦੇ ਗਿਆਸਪੁਰਾ ਸਥਿਤ 33 ਫੁੱਟ ਰੋਡ ਤੇ ਗੋਇਲ ਕੋਲਡ ਰਿੰਗ ਸਟੋਰ ਤੇ ਇਸ ਦੇ ਨਾਲ ਡਾਕਟਰ ਕਵਿਲਾਸ਼ ਤੱਕ ਲਿਖ ਹੈ ਘਟਨਾ ਤੋਂ ਬਾਅਦ ਸਿਹਤ ਮੰਤਰੀ ਡਾਕਟਰ ਬਲਬੀ ਸਿੰਘ ਸਿੱਧੂ ਵੀ ਸਿਵਲ ਹਸਪਤਾਲ ਘਟਨਾ ਦਾ ਜਾਇਜ਼ਾ ਲੈਣ ਲਈ ਪਹੁੰਚੇ ਅਤੇ ਉਹਨਾਂ ਨੇ ਜ਼ਖਮੀਆਂ ਦੇ ਨਾਲ ਗੱਲਬਾਤ ਵੀ ਕੀਤੀ ਇਸੇ ਤਰ੍ਹਾਂ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਲੁਧਿਆਣਾ ਦੇ ਗੈਸਪੁਰਾ ਇਲਾਕੇ ਵਿੱਚ ਜ਼ਹਿਰੀਲੀ ਗੈਸ ਲੀਕ ਹੋਣ ਕਾਰਨ ਗਈਆਂ ਜਾਨਾਂ ਤੇ ਡੂੰਗਾ ਦੁੱਖ ਜਤਾਇਆ ਹੈ ਤੇ ਪੀੜਤ ਪਰਿਵਾਰਾਂ ਨਾਲ ਸੰਵੇਦਨਾ ਜ਼ਾਹਰ ਕੀਤੀ ਹੈ। ਰਾਸ਼ਟਰਪਤੀ ਮੁਰਮੂ ਨੇ ਹਿੰਦੀ ਵਿੱਚ ਕੀਤੇ ਟਵੀਟ ਵਿੱਚ ਕਿਹਾ ਲੁਧਿਆਣਾ ਵਿੱਚ ਬੱਚਿਆਂ ਅਤੇ ਔਰਤਾਂ ਸਣੇ ਗਈਆਂ ਜਾਨਾਂ ਦਾ ਡੂੰਗਾ ਦੁੱਖ ਹੈ। ਮੈਂ ਪੀੜਤ ਪਰਿਵਾਰਾਂ ਨਾਲ ਸੰਵੇਦਨਾ ਜ਼ਾਹਰ ਕਰਦੀ ਹਾਂ ਤੇ ਬਿਮਾਰ ਲੋਕਾਂ ਦੇ ਜਲਦੀ ਸਿਹਤਯਾਬ ਹੋਣ ਦੀ ਦੁਆ ਕਰਦੀ ਹਾਂ। ਉਧਰ ਕੇਂਦਰੀ ਗ੍ਰਹਿ ਮੰਤਰੀ ਅਮੇਸ਼ ਸ਼ਾਹ ਨੇ ਹਾਸੇ ਨੂੰ ਬਹੁਤ ਦੁੱਖਤਾ ਇਕਰਾਰ ਦਿੱਤਾ ਹੈ ਉਹਨਾਂ ਨੇ ਕਿਹਾ ਹੈ ਕਿ ਐਨ ਡੀ ਆਰ ਐਫ ਦੀ ਟੀਮ ਵੱਲੋਂ ਮੌਕੇ ਤੇ ਰਾਹਤ ਕਾਰਜਾਂ ਦੇ ਵਿੱਚ ਮਦਦ ਕੀਤੀ ਜਾ ਰਹੀ ਹੈ ਉਹਨਾਂ ਪੀੜਤ ਪਰਿਵਾਰਾਂ ਨਾਲ ਦੁੱਖ ਜाहिर ਕਰਦੇ ਹਾਸਪਤਾਲ ਦੇ ਵਿੱਚ ਜੀਰੇ ਇਲਾਜ ਲੋਕਾਂ ਦੇ ਛੇਤੀ ਸਿਹਤਮੰਦ ਹੋਣ ਦੀ ਪ੍ਰਾਰਥਨਾ ਵੀ ਕੀਤੀ 11 ਲੋਕਾਂ ਦੀ ਡੈਥ ਹੋਈ ਹੈ ਜੀ ਗੈਸ ਮੇ गैस लीक से और चार जो लोग हैं वो अस्पताल में दाखिल हैं जिनको मैं देखने आया हूँ और उनके परिवारों से मिल के मुख्यमंत्री की तरफ से उनकी संवेदना प्रकट करने और उनके लिए जो भी एक्सक्रेशिया जो उनको मदद चाहिए वो मदद करने के लिए मैं यहाँ पहुंचाऊँ कितना रखा गया सरकार की तरफ से और इसकी हो रही है। जिनकी डेथ हुई है उनका दो लाख रुपये है जी और जो जख्मी है उनके लिए पचास हज़ार प्लस उनका इलाज होगा सारा तो इसके लिए जांच होगी जी बिल्कुल जांच होगी हम देखना चाहते हैं कि कौन सी कैसा है किसी की नेगलिजेंस है कैसे हुआ जहाँ कोई सब उठाज जो भी है उसका जो कारण है उसके कारण की जांच होगी उसका एस कौन सी है कहाँ से आई कैसे आई वो पूरी जाँच होगी वो डिप्टी कमिश्नर डिस्ट्रिक्ट मजिस्ट्रेट ऑलरेडी कर रहे हैं सर